ਸ੍ਰੀ ਮੁਕਤਸਰ ਸਾਹਿਬ 'ਚ ਆਵਾਰਾ ਪਸ਼ੂਆਂ ਕਾਰਨ ਕਈ ਭਿਆਨਕ ਸੜਕ ਹਾਦਸੇ ਵਾਪਰ ਚੁੱਕੇ ਨੇ, ਜਿਸ ਕਾਰਨ ਕਈ ਵਾਰ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਆਪਣੀਆਂ ਜਾਨ ਤੋਂ ਵੀ ਹੱਥ ਧੋਣਾ ਪੈ ਜਾਂਦਾ ਹੈ। ਇਸ ਦੇ ਤਹਿਤ ਸਮਾਜ ਸੇਵੀ ਸੰਸਥਾ ਰਾਹਤ ਫਾਊਂਡੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਬੇਸਹਾਰਾ ਪਸ਼ੂਆਂ ਨੂੰ ਰਾਤ ਸਮੇਂ ਇੱਕ ਜਗ੍ਹਾ 'ਤੇ ਇਕੱਠੇ ਕਰਕੇ ਮਲੋਟ ਦੇ ਨਜ਼ਦੀਕੀ ਬਣੀ ਗਊਸ਼ਾਲਾ 'ਚ ਭਰਤੀ ਕਰਵਾਇਆ ਜਾ ਰਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਪਾਰਟੀ ਦੇ ਮਿਊਂਸੀਪਲ ਕਾਊਂਸਲਰ ਬਿੰਟਾ ਅਰੋੜਾ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ 400 ਦੇ ਕਰੀਬ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ਭੇਜ ਦਿੱਤਾ ਗਿਆ। ਪਸ਼ੂ ਦੀ ਸ਼ਿਫਟ ਕਰਨ ਦੀ ਮੁਹਿੰਮ ਡਿਸਟ੍ਰਿਕਟ ਪ੍ਰਸ਼ਾਸਨ ਅਤੇ ਰਾਹਤ ਫਾਊਂਡੇਸ਼ਨ NGO ਅਤੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਸ ਦੇ ਵਿੱਚ ਅੱਜ ਸ਼ਾਮ ਤੱਕ ਅਸੀਂ ਕਰੀਬ 390 ਜਿਹੜੇ ਹੈਗੇ ਆ ਬੇਸਹਾਰਾ ਪਸ਼ੂ ਜਿਹੜੇ ਹੈਗੇ ਆ ਉੱਥੇ ਰੱਤਾ ਡਿੱਬਾ ਦੇ ਵਿੱਚ ਅਸੀਂ ਸ਼ਿਫਟ ਕਰਦੇ। ਕਿੰਨੇ ਦਿਨਾਂ ਤੋਂ ਚਲਾਈ ਹੈ ਜੀ ਮੁਹਿੰਮ? ਅੱਜ ਕਿੰਨਵਾਂ ਦਿਨ ਹੈ ਅਤੇ ਕਿੰਨੇ ਇੰਨੇ ਦਿਨਾਂ ਦੇ ਵਿੱਚ? ਇਹ ਮੁਹਿੰਮ ਕਰੀਬ ਇੱਕ ਹਫ਼ਤੇ ਤੋਂ ਜ਼ਿਆਦਾ ਹੋ ਗਈ ਚੱਲਦੇ ਨੂੰ। ਇਹਦੇ ਵਿੱਚ ਸਾਰੇ ਹੀ ਸਾਡੇ ਜਿਹੜੇ ਸਹਿਯੋਗੀ ਸੱਜਣ ਹੈ, ਸਾਡੇ ਵਲੰਟੀਅਰ ਹੈ, ਰਾਤ ਦੇ 12-1 ਵਜੇ ਤੱਕ ਕੰਮ ਕਰਦੇ ਆ। ਰਾਤ ਨੂੰ ਇਹ ਸਾਰੇ ਸ਼ਹਿਰ ਦੇ ਵਿੱਚ ਇਕੱਠੇ ਕੀਤੇ ਜਾਂਦੇ ਆ ਅਤੇ ਖਾਸ ਤੌਰ 'ਤੇ ਜਿਵੇਂ ਟਰੱਕ ਯੂਨੀਅਨ ਹੈ, ਕੈਂਟਰ ਯੂਨੀਅਨ ਹੈ, ਪ੍ਰਸ਼ਾਸਨ ਹੈ, ਉਹਨਾਂ ਸਾਰਿਆਂ ਦੇ ਸਹਿਯੋਗ ਸਾਨੂੰ ਮਿਲ ਰਿਹਾ। ਜਿਵੇਂ ਟਰੱਕ ਯੂਨੀਅਨ ਨੇ ਹਜੇ ਤੱਕ ਅਸੀਂ ਸਿਰਫ ਉਹਨਾਂ ਨੂੰ ਇੱਕ ਤੇਲ ਦਾ ਪੈਸਾ ਹੀ ਪੇ ਕਰ ਰਹੇ ਹਾਂ, ਅਦਰਵਾਈਜ਼ ਉਹ ਸਾਡੇ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲੈ ਰਹੇ ਅਤੇ ਸਾਰੇ ਸਹਿਯੋਗ ਨਾਲ ਪ੍ਰੋਪਰ ਤਰੀਕੇ ਨਾਲ ਚੱਲ ਰਹੇ। 8 ਦਿਨ ਪਹਿਲਾਂ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਤੇ ਸਾਡੇ ਲੋਕਲ ਰਾਹਤ ਫਾਊਂਡੇਸ਼ਨ ਦੇ ਸਹਿਯੋਗ ਨਾਲ, ਸਾਡੇ MLA ਸਾਹਿਬ ਦੇ ਆਸ਼ੀਰਵਾਦ ਸਦਕਾ ਅਸੀਂ ਇੱਕ ਮੁਹਿੰਮ ਗਿੱਦੜਵਾ ਦੇ ਲੋਕਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸੀ, ਜੋ ਅੱਜ ਸਾਨੂੰ ਲੱਗ ਰਿਹਾ ਵੀ ਉਸ ਮੁਹਿੰਮ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ। ਅੱਜ 390 ਆਵਾਰਾ ਪਸ਼ੂ ਬੇਸਹਾਰਾ ਪਸ਼ੂ ਦੇ ਕਰੀਬ ਅਸੀਂ ਰੱਤਾ ਟਿੱਬਾ ਗਊਸ਼ਾਲਾ ਮਲੋਟ ਦੇ ਵਿੱਚ ਭੇਜ ਚੁੱਕੇ ਹਾਂ। ਹੁਣ ਇਸ ਤੋਂ ਮਗਰੋਂ ਜਿੰਨੇ ਵੀ ਪਸ਼ੂ 100-150 ਦੇ ਕਰੀਬ ਸਾਡਾ ਅੰਦਾਜ਼ਾ ਹੈ ਵੀ ਰਹਿ ਚੁੱਕੇ ਹਨ, ਉਹਨਾਂ ਨੂੰ ਅਸੀਂ ਭੇਜ ਕੇ ਇੱਕ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਲਾਸਟ ਰਾਊਂਡ ਅਸੀਂ ਫਾਈਨਲ ਕਰਨਾ ਚਾਹਾਂਗੇ। ਜੋ ਵੀ ਇਹਨਾਂ ਦਾ ਪ੍ਰੋਗਰਾਮ ਲਿਖਿਆ ਜਾਊਗਾ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਰਾਹਤ ਫਾਊਂਡੇਸ਼ਨ ਦੇ ਨਾਲ। ਅਸੀਂ ਚਾਹੁੰਦੇ ਹਾਂ ਵੀ ਗਿੱਦੜਵਾ ਪਸ਼ੂਆਂ ਤੋਂ, ਆਵਾਰਾ ਪਸ਼ੂਆਂ ਤੋਂ ਮੁਕਤ ਹੋਵੇ ਤਾਂ ਜੋ ਲੋਕਾਂ ਨੂੰ ਜਾਨੀ ਮਾਨੀ ਮਾਲੀ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਅਸੀਂ ਹੋਰ ਵੀ ਇੱਕ ਅਪੀਲ ਕਰਨਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਸਾਡੇ ਸ਼ਹਿਰ ਨੂੰ, ਸਾਡੀਆਂ ਸੰਸਥਾਵਾਂ ਨੂੰ ਸਹਿਯੋਗ ਕਰਨ ਤਾਂ ਜੋ ਅਸੀਂ ਰਾਤ ਨੂੰ ਜੋ ਪਸ਼ੂ ਛੱਡ ਕੇ ਜਾਂਦੇ ਹੈ ਬਾਹਰਲੇ ਪਿੰਡਾਂ ਵਾਲੇ ਜਾਂ ਕੋਈ ਹੋਰ ਮੰਡੀਆਂ ਵਾਲੇ ਛੱਡ ਕੇ ਜਾਂਦੇ ਆ ਸਾਡੀ ਮੰਡੀ 'ਚ, ਉਹਨਾਂ ਨੂੰ ਰੋਕਿਆ ਜਾ ਸਕੇ ਤਾਂ ਜੋ ਅਸੀਂ ਆਪਦੀ ਮੰਡੀ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਵਾ ਸਕੀਏ। ਅਤੇ ਜੋ ਬੇਸਹਾਰਾ ਪਸ਼ੂ ਜੋ ਗਿੱਦੜਵਾ ਮੰਡੀ ਵਿੱਚ ਸੀ, ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ, ਗਿੱਦੜਵਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੁਣ ਤੱਕ 390 ਦੇ ਕਰੀਬ ਪਸ਼ੂ ਜੋ ਅਸੀਂ ਇੱਥੋਂ ਰਸਤਾ ਟਿੱਬਾ ਵਿਖੇ ਭੇਜ ਚੁੱਕੇ ਹਾਂ ਅਤੇ ਜੋ ਰਹਿੰਦੇ ਪਸ਼ੂ ਹੈ ਉਹਨਾਂ ਨੂੰ ਵੀ ਆਉਣ ਵਾਲੇ ਹਫ਼ਤੇ ਦੇ ਅੰਦਰ ਅੰਦਰ ਅਸੀਂ ਸ਼ਹਿਰ ਨੂੰ ਪਸ਼ੂ ਮੁਕਤ ਕਰਾ ਦਿਆਂਗੇ। ਬਾਕੀ ਜੋ ਵੀ ਸੱਜਣ ਹੈ ਸਾਨੂੰ ਨਿਗਾਹ ਕਰਾਵੇ, ਜੋ ਛੱਡ ਕੇ ਜਾਂਦੇ ਹੈ ਉਹਨਾਂ ਲਈ ਵੀ ਟੈਲੀਫੋਨ ਨੰਬਰ ਅਤੇ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਦੀ ਨਿਗਾਹ ਕਰਾਵੇ ਤਾਂ ਜੋ ਪੁਲਿਸ ਨੂੰ ਉਸ 'ਤੇ